ਇੰਜ ਕਰ ਮੂੰਗੀ ਦੀ ਦਾਲ ਚਾੜ ਦੇ ਤੇ ਮੈਨੂੰ ਨਾ ਲੂਣ ਵਾਲੀ ਪਰੌਠੀ ਦੇ ਨਾਲ ਚਾਹ ਦੇ ਦੇ ਬਸ ਚਾਹ। ਅਲੋਤਰਾ ਭੈਣ ਜੀ ਕੀ ਹਾਲ ਚਾਲ? ਮੈਂ ਠੀਕ ਹਾਂ। ਹਾਂ ਸਰਲਾ ਭੈਣ ਜੀ ਤਾਂ ਵਾਪਸ ਆ ਗਏ ਨੇ, 4-5 ਦਿਨ ਹੋ ਗਏ। ਅੱਛਾ ਹਾਂ, ਤੁਹਾਡੇ ਨਾਲ ਮੇਰੀ ਗੱਲ ਹੀ ਨਹੀਂ ਹੋਈ। ਲੈ ਕੱਖ ਨਿਕਲਿਆ ਨੀ ਭੈਣ ਜੀ, 10 ਦਿਨ ਹਸਪਤਾਲ ਵਾਲਿਆਂ ਨੇ ਇਹਨਾਂ ਨੂੰ ਰੱਖ ਕੇ ਕਹਿੰਦੇ ਨੇ ਇਹਨਾਂ ਨੂੰ ਕੱਖ ਨੀ ਹੈਗਾ। ਮੈਂ ਕਿਹਾ ਤੁਸੀਂ ਸਾਨੂੰ ਪਾਗਲ ਬਣਾਉਂਦੇ ਪਏ ਹੋ, 4.5 ਲੱਖ ਦਾ ਬਿੱਲ ਇਹਨਾਂ ਨੇ ਬਣਾਇਆ ਤੇ ਬਾਅਦ ਚ ਕਹਿੰਦੇ ਨੇ ਕੱਖ ਨਹੀਂ, ਪੂਰੀ ਇੰਸ਼ੋਰੈਂਸ ਵੇਸਟ ਹੋ ਗਈ ਇਹਨਾਂ ਦੀ। ਨਹੀਂ ਮੈਂ ਕਹਿੰਦੀ ਹਾਂ ਸਾਰੇ ਟੈਸਟ ਕਰਕੇ ਕੋਈ ਬਿਮਾਰੀ ਨਿਕਲੇ ਨਾ ਬੰਦੇ ਨੂੰ ਚੈਨ ਆਉਂਦਾ, ਇੱਥੇ ਤੇ ਵੇਸਟ ਹੋ ਗਿਆ ਸਭ ਕੁਝ। ਹਾਂ ਨਾਲੇ ਸਰਲਾ ਭੈਣ ਜੀ ਕਈ ਜਾ ਰਹੇ ਨੇ, ਮੈਨੂੰ ਕੱਖ ਨਹੀਂ ਹੋਇਆ। ਕਹਿੰਦੇ ਨਹੀਂ ਭੈਣ ਜੀ ਇਹ ਸਿਮਟਮ ਸਾਰੇ ਸੇਮ ਹੁੰਦੇ ਨੇ। ਮੈਂ ਕਹਿੰਦੀ ਹਾਂ ਗਲੇ ਦਰਦ ਦਾ, ਪਿੱਤਾ ਚ ਭੈਣ ਜੀ ਪੱਥਰੀ ਦਾ ਤੇ ਹਾਰਟ ਅਟੈਕ ਦਾ ਇੱਕੋ ਹੀ ਸਿਮਟਮ ਹੁੰਦਾ, ਅਸੀਂ ਪਾਗਲ ਹੈਗੇ। ਇਹਨਾਂ ਨੇ ਤਾਂ ਧੰਦੇ ਬਣਾਏ ਹੋਏ ਨੇ ਭੈਣ ਜੀ, ਇਹਨਾਂ ਨੂੰ ਤਾਂ ਬੱਕਰਾ ਚਾਹੀਦਾ, ਕੋਈ ਨਾ ਕੋਈ ਟੈਸਟ ਕਰਾਈ ਜਾਂਗੇ। ਭੈਣ ਜੀ ਸੱਚੀ ਦੱਸਾਂ, ਇੱਕ ਏਡਸ ਛੱਡ ਕੇ ਇਹਨਾਂ ਨੇ ਸਾਰੇ ਟੈਸਟ ਕਰ ਲਿੱਤੇ ਸਰਲਾ ਭੈਣ ਜੀ ਤੇ ਬਾਅਦ ਚ ਕੀ ਹੋਇਆ? ਕੱਖ ਨਹੀਂ। ਨਹੀਂ ਬਾਅਦ ਚ ਭੈਣ ਜੀ ਮੇਰਾ ਦਿਮਾਗ ਚੱਲਿਆ, ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਸਰਲਾ ਭੈਣ ਜੀ ਤੁਸੀਂ ਨਾ ਗੋਲ ਗੱਪੇ ਖਾਧੇ ਨਾ, ਬੜੇ ਦਿਨ ਹੋ ਗਏ, ਤੁਸੀਂ ਨਾ ਗੋਲ ਗੱਪੇ ਖਾਓ। ਭੈਣ ਜੀ ਮੈਂ ਨਾ ਨਸੀ ਨਸੀ ਕਰੋਲਬਾਗ ਗਈ ਤੇ ਇਹਨਾਂ ਨੂੰ ਗੋਲ ਗੱਪੇ ਖਿਲਾਏ। ਭੈਣ ਜੀ ਗੋਲ ਗੱਪੇ ਦਾ ਪਾਣੀ ਪੀ ਕੇ ਜਿਹੜਾ ਇਹਨਾਂ ਨੂੰ ਡਕਾਰ ਆਇਆ, ਇਹਨਾਂ ਨੂੰ ਚੈਨ ਆਇਆ, ਕਹਿੰਦੇ ਪੰਮੀ ਹੁਣ ਮੈਂ ਠੀਕ ਫੀਲ ਕਰਨੀ ਪਈ ਆ। ਮੈਂ ਉਸੇ ਟਾਈਮ ਸਰ ਸ਼ੇਰ ਭਰਾ ਜੀ ਨੂੰ ਕਿਹਾ, ਮੈਂ ਕਿਹਾ ਇਹਨਾਂ ਨੂੰ ਨਾ ਹਸਪਤਾਲੋਂ ਬਾਹਰ ਕੱਢੋ ਤੇ ਇਹ ਠੀਕ ਹੋ ਜਾਣਗੇ। ਓਈ ਤੇ ਭੈਣ ਜੀ ਇੱਕ ਸੱਚੀ ਗੱਲ ਦੱਸਾਂ, ਪੰਜਾਬੀਆਂ ਨੂੰ ਹੋਰ ਕੋਈ ਦਵਾਈ ਸੂਟ ਕਰੇ ਨਾ ਕਰੇ, ਲੇਕਿਨ ਗੋਲ ਗੱਪੇ ਪਾਣੀ ਜ਼ਰੂਰ ਸੂਟ ਕਰਦਾ ਹੈ, ਹੋਰ ਕੀ।